ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇਸ ਵੀਡੀਓ ਵਿੱਚ ਤੁਹਾਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਬਾਣੀ ਛੇ ਗੁਰੂ ਸਾਹਿਬਾਂ ਨੇ ਕਿਹੜੀ ਕਿਹੜੀ ਬਾਣੀ ਦਰਜ ਕਰਵਾਈ ਹੈ, 15 ਭਗਤਾਂ ਨੇ ਕਿੰਨੇ ਕਿੰਨੇ ਸ਼ਬਦ ਲਿਖੇ ਅਤੇ ਕੀ ਨਾਮ ਸੀ, ਭੱਟਾਂ ਦਾ ਕੀ ਮਤਲਬ ਹੈ, ਅਤੇ 11 ਭੱਟਾਂ ਨੇ ਕਿਹਨਾਂ ਕਿਹੜੇ ਕਿਹੜੇ ਗੁਰੂਆਂ ਦੀ ਉਸਤਤ ਵਿੱਚ ਸ਼ਬਦ ਲਿਖੇ ਹਨ। ਇਸ ਤੋਂ ਇਲਾਵਾ ਤੁਹਾਨੂੰ ਹੋਰ ਵੀ ਇਸ ਵੀਡੀਓ ਵਿੱਚ ਵਿਸਥਾਰਪੂਰਕ ਦੱਸਾਂਗੇ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 1430 ਅੰਗ ਹਨ, ਜਿਨ੍ਹਾਂ ਵਿੱਚ 36 ਸੰਤਾਂ ਦੀ ਬਾਣੀ ਹੈ, ਜਿਨ੍ਹਾਂ ਵਿੱਚ 6 ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ, 15 ਭਗਤਾਂ ਦੀਆਂ ਅਤੇ 11 ਭੱਟਾਂ ਦੀਆਂ ਅਤੇ 4 ਗੁਰਸਿੱਖਾਂ ਦੀਆਂ। ਪਹਿਲਾਂ ਅਸੀਂ ਤੁਹਾਨੂੰ ਦੱਸਾਂਗੇ 6 ਗੁਰੂ ਸਾਹਿਬਾਨਾਂ ਦੀਆਂ ਕਿਹੜੀਆਂ ਕਿਹੜੀਆਂ ਬਾਣੀਆਂ ਦਰਜ ਹਨ ਅਤੇ ਕੀ ਨਾਮ ਸਨ। ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ, ਸਿੱਧ ਗੋਸ਼ਟ, ਸੋਹਿਲਾ, ਦੱਖਣੀ ਓਂਕਾਰ, ਆਸਾ ਦੀ ਵਾਰ, 12 ਮਾਹ ਭੱਟੀ, 19 ਰਾਗਾਂ ਵਿੱਚ 974 ਸ਼ਬਦ ਲਿਖੇ ਹਨ, ਜੋ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਗੁਰੂ ਅੰਗਦ ਦੇਵ ਜੀ ਨੇ 63 ਸ਼ਬਦ ਲਿਖੇ ਹਨ। ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਅਤੇ 907 ਸ਼ਬਦ ਲਿਖੇ ਹਨ। ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿੱਚ 638 ਸ਼ਬਦ ਅਤੇ ਸਲੋਕ ਲਿਖੇ ਹਨ, ਅਤੇ ਗੁਰੂ ਰਾਮਦਾਸ ਜੀ ਨੇ ਲਾਵਾਂ ਦੀ ਵੀ ਬਾਣੀ ਲਿਖੀ ਹੈ, ਜੋ ਆਨੰਦ ਕਾਰਜ ਸਮੇਂ ਪੜ੍ਹੀ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ 52 ਅੱਖਰੀ, 2218 ਸ਼ਬਦ, 30 ਰਾਗਾਂ ਵਿੱਚ ਲਿਖੇ ਹਨ। ਇਹ ਸਭ ਆਦਿ ਗ੍ਰੰਥ ਵਿੱਚ ਦਰਜ ਕਰਾਏ ਗਏ ਹਨ। ਸਭ ਤੋਂ ਜ਼ਿਆਦਾ ਸ਼ਬਦ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ। ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਕੋਲੋਂ ਆਦਿ ਗ੍ਰੰਥ ਲਿਖਵਾਇਆ ਸੀ। ਗੁਰੂ ਤੇਗ ਬਹਾਦਰ ਜੀ ਨੇ 115 ਸਲੋਕ ਲਿਖੇ ਹਨ, ਜੋ ਕਿ ਇਹ ਵੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਹੁਣ ਅਸੀਂ ਗੱਲ ਕਰਾਂਗੇ 15 ਭਗਤ, ਉਹਨਾਂ ਦੇ ਨਾਮ ਕੀ ਹਨ ਅਤੇ ਉਹਨਾਂ ਨੇ ਕਿੰਨੇ ਸ਼ਬਦ ਲਿਖੇ ਹਨ। ਭਗਤ ਕਬੀਰ ਜੀ ਨੇ 292 ਸ਼ਬਦ ਲਿਖੇ ਹਨ, ਨਾਮਦੇਵ ਜੀ ਨੇ 60 ਸ਼ਬਦ, ਰਵਿਦਾਸ ਜੀ ਨੇ 41 ਸ਼ਬਦ, ਭਾਈ ਤ੍ਰਿਲੋਚਨ ਜੀ ਨੇ 4 ਸ਼ਬਦ, ਧੰਨਾ ਜੀ ਨੇ 4 ਸ਼ਬਦ, ਭਗਤ ਸੈਨ ਜੀ ਨੇ 1 ਸ਼ਬਦ, ਭਗਤ ਜੈਦੇਵ ਜੀ ਨੇ 2 ਸ਼ਬਦ, ਭਗਤ ਪੀਪਾ ਜੀ ਨੇ 1 ਸ਼ਬਦ, ਭਗਤ ਸੂਰਦਾਸ ਜੀ ਨੇ 2 ਸ਼ਬਦ, ਬਾਬਾ ਫਰੀਦ ਜੀ ਨੇ 134 ਸ਼ਬਦ, ਭਗਤ ਪਰਮਾਨੰਦ ਨੇ 1 ਸ਼ਬਦ, ਭਗਤ ਸੰਧਨਾ ਜੀ ਨੇ 1 ਸ਼ਬਦ, ਭਗਤ ਬੈਨੀ ਜੀ ਨੇ 3 ਸ਼ਬਦ, ਭਗਤ ਰਾਮਾਨੰਦਾ ਜੀ ਨੇ 1 ਸ਼ਬਦ, ਭਗਤ ਭੀਖਣ ਜੀ ਨੇ 2 ਸ਼ਬਦ। ਹੁਣ ਅਸੀਂ ਗੱਲ ਕਰਾਂਗੇ 11 ਭੱਟਾਂ ਦੀ। ਭੱਟ ਕਿਹਨੂੰ ਕਹਿੰਦੇ ਹਨ? ਭੱਟ ਉਹਨਾਂ ਨੂੰ ਕਿਹਾ ਜਾਂਦਾ ਸੀ ਜਿਨ੍ਹਾਂ ਨੇ ਗੁਰੂ ਸਾਹਿਬਾਨਾਂ ਜੀ ਦੀ ਉਸਤਤ ਵਿੱਚ ਸ਼ਬਦ ਲਿਖੇ ਹਨ। ਭੱਟ ਕਲਸਹਾਰ ਜੀ, ਜਿਨ੍ਹਾਂ ਨੇ 54 ਸਵਈਏ ਲਿਖੇ ਹਨ, ਗੁਰੂ ਨਾਨਕ ਦੇਵ ਜੀ ਲਈ 10 ਸਵਈਏ, ਗੁਰੂ ਅੰਗਦ ਦੇਵ ਜੀ ਲਈ 10 ਸਵਈਏ, ਗੁਰੂ ਅਮਰਦਾਸ ਜੀ ਲਈ 9 ਸਵਈਏ, ਗੁਰੂ ਰਾਮਦਾਸ ਜੀ ਲਈ 13 ਸਵਈਏ ਅਤੇ ਗੁਰੂ ਅਰਜਨ ਦੇਵ ਜੀ ਲਈ 12 ਸਵਈਏ। ਜਲਪ ਜੀ ਨੇ 5 ਸਵਈਏ ਲਿਖੇ ਹਨ, ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਦੀ ਉਸਤਤ ਕਰਨ ਲਈ ਲਿਖੇ ਸੀ। ਕੀਰਤ ਜੀ ਨੇ 8 ਸਵਈਏ ਲਿਖੇ ਹਨ, 4 ਗੁਰੂ ਅਮਰਦਾਸ ਜੀ ਲਈ ਅਤੇ 4 ਗੁਰੂ ਰਾਮਦਾਸ ਜੀ ਲਈ। ਭੀਖਾ ਜੀ ਨੇ 2 ਸਵਈਏ ਲਿਖੇ ਹਨ, ਗੁਰੂ ਅਮਰਦਾਸ ਜੀ ਦੀ ਉਸਤਤ ਲਈ। ਸੈਲਹਾ ਜੀ ਨੇ 1 ਗੁਰੂ ਅਮਰਦਾਸ ਜੀ ਲਈ ਅਤੇ 2 ਗੁਰੂ ਰਾਮਦਾਸ ਜੀ ਲਈ ਸਵਈਏ ਲਿਖੇ ਹਨ। ਪੱਲਹੇ ਜੀ ਨੇ 1 ਸਵਈਆ ਲਿਖਿਆ ਹਨ, ਜੋ ਗੁਰੂ ਅਮਰਦਾਸ ਜੀ ਲਈ ਲਿਖਿਆ ਸੀ। ਨਲਹੇ ਜੀ ਨੇ 16 ਸਵਈਆ ਲਿਖੇ ਹਨ, ਜੋ ਗੁਰੂ ਰਾਮਦਾਸ ਜੀ ਦੀ ਉਸਤਤ ਲਈ ਲਿਖੇ ਸਨ। ਗਯੰਦ ਜੀ ਨੇ 13 ਸਵਈਆ ਲਿਖੇ ਹਨ, ਜੋ ਗੁਰੂ ਰਾਮਦਾਸ ਜੀ ਦੀ ਉਸਤਤ ਲਈ ਲਿਖੇ ਸੀ। ਮਥੁਰਾ ਜੀ ਨੇ 7 ਗੁਰੂ ਰਾਮਦਾਸ ਜੀ ਲਈ ਅਤੇ 7 ਗੁਰੂ ਅਰਜਨ ਦੇਵ ਜੀ ਲਈ ਸਵਈਏ ਲਿਖੇ ਹਨ। ਬਲਹੇ ਜੀ ਨੇ 5 ਗੁਰੂ ਰਾਮਦਾਸ ਜੀ ਲਈ ਸਵਈਏ ਲਿਖੇ ਹਨ, ਸਵਈਏ ਗੁਰੂ ਅਰਜਨ ਦੇਵ ਜੀ ਦੀ ਉਸਤਤ ਲਈ ਲਿਖੇ ਹਨ। ਕੁੱਲ 123 ਸਵਈਏ ਲਿਖੇ ਗਏ ਹਨ 11 ਭੱਟਾਂ ਵੱਲੋਂ ਗੁਰੂ ਸਾਹਿਬਾਨਾਂ ਜੀ ਦੀ ਉਸਤਤ ਲਈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 145 ਛੰਦ ਹਨ, 664 ਸਲੋਕ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 471 ਪੌੜੀਆਂ ਅਤੇ 22 ਵਾਰਾਂ ਹਨ, 305 ਅਸ਼ਟਪਦੀਆਂ ਹਨ ਅਤੇ 2026 ਸ਼ਬਦ ਹਨ। 4 ਗੁਰਸਿੱਖਾਂ ਦੇ ਨਾਮ, ਭਾਈ ਸੁੰਦਰ ਜੀ, ਭਾਈ ਮਰਦਾਨਾ ਜੀ, ਭਾਈ ਸੱਤਾ ਜੀ, ਭਾਈ ਬਲਵੰਡ ਜੀ।